ਕਿਉਂਕਿ ਸਾਰੇ ਮੇਰੇ ਵੀਰ ਦੇ ਪਹਿਲਾਂ ਜਿਹੜੀਆਂ ਉਹ 40 ਮੁਕਤੇ ਸ਼ਹੀਦਾਂ ਨੂੰ ਨਮਸਕਾਰ ਕਰਨ, ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਇੱਥੇ ਪਹੁੰਚੇ ਹੋ ਤੇ ਨਾਲ ਸ੍ਰੀ ਅਰਵਿੰਦ ਕੇਜਰੀਵਾਲ ਜੀ ਇੱਥੇ ਆਏ ਨੇ, ਤੁਹਾਡੇ ਨਾਲ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ, ਸ਼ਰਧਾਂਜਲੀ ਭੇਟ ਕਰਨ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ। ਅੱਜ ਅਸੀਂ 300 ਸਾਲ ਮਗਰੋਂ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਕਿਉਂ ਯਾਦ ਕਰ ਰਹੇ ਹਾਂ? ਕਿ ਉਹ ਚਾਰੀਆਂ ਨੇ ਮੁਗਲਾਂ ਦੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ। ਉਹ ਚਾਰੀਆਂ ਨੇ ਔਰੰਗਜ਼ੇਬ ਦੀ 10,000 ਫੌਜ ਦੇ ਨਾਲ ਡਟ ਕੇ ਲੜੇ। ਵੀਰੋ, ਅੱਜ ਜੋ ਪੰਜਾਬ ਦਾ ਹਾਲ ਆ, ਅੱਜ ਜੋ ਪੰਜਾਬ ਦੇ ਵਿੱਚ ਜ਼ੁਲਮ ਦੇ ਨਿਸ਼ਚਤ ਦਾ, ਕੀ ਇਹ ਔਰੰਗਜ਼ੇਬ ਦੇ ਰਾਜ ਨਾਲੋਂ ਘੱਟ ਆ? ਅੱਜ ਦਾ ਜੋ ਬਾਦਲਾਂ ਨੇ ਪੰਜਾਬ ਦਾ ਹਾਲ ਕੀਤਾ, ਇਹ ਜ਼ੁਲਮ ਕੀਤਾ? ਬਾਦਲਾਂ ਦਾ ਰਾਜ ਵੀ ਕੋਈ ਔਰੰਗਜ਼ੇਬ ਦੇ ਰਾਜ ਨਾਲੋਂ ਘੱਟ ਨਹੀਂ? ਅੱਜ ਜਿਹੜੇ ਤੁਸੀਂ ਇਹ 40 ਪੁੱਤਿਆਂ ਦੀ ਧਰਤੀ ਤੇ ਇਸ ਜ਼ਮੀਨ ਤੇ ਆ ਕੇ ਬੈਠੇ ਹੋ, ਮੇਰੇ ਵੀਰੋ, ਅੱਜ ਉਹ ਮੁਕਤਿਆਂ ਨੂੰ ਇਹ ਆਪਣੀ ਸੌਂਹ ਫਰਨ ਕਰਕੇ ਜਾਇਓ, ਸੌਂਹ ਖਾ ਕੇ ਜਾਇਓ ਕਿ ਇਹ ਬਾਦਲਾਂ ਦਾ ਔਰੰਗਜ਼ੇਬ ਦਾ ਰਾਜ ਵੀ ਅਸੀਂ ਉਸੇ ਤਰ੍ਹਾਂ ਲੜ ਕੇ ਖਤਮ ਕਰਾਂਗੇ ਜਿਵੇਂ ਉਹ 40 ਮੁਕਤਿਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਨੂੰ ਮੁਕਾਬਲਾ ਦਿੱਤਾ ਸੀ। ਅੱਜ ਇਹ ਤੁਹਾਡਾ ਠੱਠਾ ਮਾਰਦਾ ਇੱਥੇ 2.5 ਲੱਖ ਦੇ 100 ਪੰਜਾਬੀ ਅੱਜ ਇੱਥੇ ਪਹੁੰਚੇ ਆ। ਉਹ ਬਹਾਦਰ ਕਿਆਂ ਨੂੰ ਅਸੀਂ ਠੋਕ ਕੇ ਮੁਕਾਬਲਾ ਕਰਾਂਗੇ, ਉਹਨਾਂ ਨੂੰ ਯਾਦ ਕਰਾ ਦਿਆਂਗੇ ਕਿ ਪੰਜਾਬ ਦਾ ਜੋ ਤੁਸੀਂ ਸੱਤਿਆਨਾਸ਼ ਕੀਤਾ, ਜੋ ਤੁਸੀਂ ਕੌਮ ਦਾ ਸੱਤਿਆਨਾਸ਼ ਕੀਤਾ, ਜੋ ਤੁਸੀਂ ਸਿੱਖੀ ਨੂੰ ਤਬਾਹੀ ਕੀਤਾ, ਤੁਹਾਨੂੰ ਸਜ਼ਾ ਇੱਥੇ ਹੀ ਮਿਲੇਗੀ। ਇਵੇਂ ਜਿਵੇਂ ਮੇਰੇ ਪਹਿਲੇ ਬੁਲਾਰਿਆਂ ਨੇ ਕਿਹਾ, ਉਹ ਬਹਾਦਰ ਕਿਆਂ ਨੂੰ ਇੱਥੇ ਹੀ ਸਜ਼ਾ ਦਵਾ ਕੇ ਰਹਾਂਗੇ। ਔਰ ਸਜ਼ਾ ਦੇਣ ਵਾਲੇ ਸਜ਼ਾ ਦੇਣ ਵਾਲੇ ਸਾਡੇ ਕੋਲ ਆ ਗਏ ਆ। ਅੱਜ ਸਾਡੀਆਂ ਫੌਜਾਂ ਵੀ ਤਿਆਰ ਬੈਠੀਆਂ ਨੇ। ਅੱਜ ਇਹ ਜ਼ਮੀਨ ਵੀ ਉਹੀ ਹੋਈ ਆ, ਇੱਕ ਕਮੀ ਸੀ ਤਾਂ ਇੱਕ ਜਰਨੈਲ ਦੀ। ਅੱਜ ਸਾਡੇ ਕੋਲ ਜਰਨੈਲ ਵੀ ਇੱਕ ਗਰੇਰ ਰੇਜਰ, ਅੱਜ ਜਰਨੈਲ ਵੀ ਆ ਗਿਆ ਅਰਵਿੰਦ ਕੇਜਰੀਵਾਲ। ਤਿਆਰ ਹੋ ਜਾਓ, ਅੱਜ ਇਸੇ ਜ਼ਮੀਨ ਤੋਂ ਆਪਾਂ ਪਿਗਲ ਵਜਾਉਣਾ। ਅਗਲੇ ਮਾਘੀ ਦੇ ਮੇਲੇ ਤੱਕ ਜਦੋਂ ਇੱਥੇ ਆਵਾਂਗੇ ਨਾ, ਅਕਾਲੀਆਂ ਇਹਨਾਂ ਦਾ ਫਾਦਰ ਕਹਿੰਦਾ ਸਫਾਇਆ ਕਰਾਂਗੇ, ਕਿਤੇ ਇਹਨਾਂ ਨੂੰ ਦੇਖਣ ਨਹੀਂ ਦੇਵਾਂਗੇ, ਇਹਨਾਂ ਨੂੰ ਛੱਡਾਂਗੇ ਵੀ ਕਿਤੇ ਵੀ ਪਾਸੇ ਚੱਲਣ ਜੋਗੇ, ਇਹ ਜ਼ੁਲਮ ਕਰਨ ਜੋਗੇ, ਇਹ ਜੋ ਹਾਲਤ ਇਹਨਾਂ ਦੇ ਪੰਜਾਬ ਦੀ ਕੀਤੀ ਆ, ਇਹ ਹਾਲਤ ਕਰਨ ਜੋਗੇ ਨਹੀਂ ਛੱਡਾਂਗੇ। ਜੋ ਇਹਨਾਂ ਨੇ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਆਪਣੇ ਮਹਿਲ ਬਣਾਇਆ, ਇਹਨਾਂ ਮਹਿਲਾਂ ਦੀ ਇੱਟ ਦੇ ਨਾਲ ਇੱਟ ਬਣਾ ਦਿਆਂਗੇ। ਬਾਦਲਾਂ ਦੇ ਖਿਲਾਫ ਦਾ ਵੀਰੋ ਤੇ ਪੰਜਾਬ ਦੇ ਹਾਲ ਦਾ ਵੀਰੋ ਤੁਹਾਨੂੰ ਭਲੀ ਭਲ ਨਹੀਂ ਪਤਾ। ਮੈਂ ਜ਼ਿਆਦਾ ਦੇਰ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਸੁਣ ਰਹੇ ਹਾਂ, ਪਰ ਮੈਂ 2 ਮਿੰਟ ਦੇ ਵਿੱਚ ਤੁਹਾਨੂੰ ਅੱਜ ਉਹ ਦੱਸੂਗਾ ਜੋ ਕਿ ਤੁਹਾਡੇ ਵਿੱਚੋਂ ਸ਼ਾਇਦ ਬਹੁਤ ਥੋੜਿਆਂ ਨੂੰ ਪਤਾ। ਉਹ ਇਹ ਕਾਂਗਰਸ ਕੇ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਸ਼ੇਰ ਆ। ਉਹ ਕਾਹਦਾ ਸ਼ੇਰ ਆ? ਉਹ ਕੈਪਟਨ ਅਮਰਿੰਦਰ ਸਿੰਘ ਜੋ 84 ਦੇ ਹਜ਼ਾਰਾਂ ਸਿੱਖਾਂ ਦੇ ਕਤਲੇ ਆਉਂਦੇ ਜੁੰਮੇਵਾਰ ਦਿੰਦੇ, ਉਹ ਸਾਡੀਆਂ ਮਾਵਾਂ ਦੀਆਂ ਭੈਣਾਂ ਦੀ ਫੱਤ ਲੁੱਟਣ ਵਾਲੇ ਦੇ ਜੁੰਮੇਵਾਰ ਦਿੰਦੇ, ਉਹ ਜਗੀਸ਼ ਟਾਈਗਰ ਤੇ ਕਮਲਨਾਥ ਵਰਗਿਆਂ ਦੇ ਜਾ ਕੇ ਲੇਜ਼ਾ ਅੱਗੇ ਆਪਣੀ ਪ੍ਰਧਾਨਗੀ ਦੇ ਵਾਸਤੇ। ਇਹ ਕਾਹਦੇ ਸ਼ੇਰ ਆ? ਇਹਨਾਂ ਸ਼ੇਰਾਂ ਦੀ ਖਾਲ ਉਤਾਰ ਕੇ ਇਹਨਾਂ ਦੀ ਸੱਚਾਈ ਤੁਹਾਡੇ ਸਾਹਮਣੇ ਰੱਖਣੀ ਬਹੁਤ ਜ਼ਰੂਰੀ ਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਗਦੀਸ਼ ਟਾਈਗਰ ਦਾ ਬਿਲਕੁਲ ਬੇਕਸੂਰਾ। ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਗੱਲ ਮੈਂ ਯਾਦ ਕਰਾ ਦਿਆ, ਉਹ ਇੱਕ ਮੈਨੂੰ ਦੱਸਦਿਆਂ, ਉਹ ਵਾਕਿਆ ਉਹ ਜੋ ਉੱਥੇ ਦਿੱਲੀ ਵਿੱਚ ਹੋਇਆ, ਉਹ ਜੋ ਜੋ ਕੁਛ ਉੱਥੇ ਹੋਇਆ ਉਹਦੇ ਚੋਂ ਸਿਰਫ ਇੱਕ ਵਾਕਿਆ ਦੱਸੂਗਾ। ਕਲਿਆਣਪੁਰੀ ਦਾ ਇਲਾਕਾ 1 ਨਵੰਬਰ ਨੂੰ ਉੱਥੇ ਹਮਲਾ ਹੋਇਆ, ਸਿੱਖਾਂ ਨੇ ਚੜ ਕੇ ਮੁਕਾਬਲਾ ਕੀਤਾ, 2-4 ਟਰੱਕ ਪੁਲਿਸ ਦੇ ਪਹੁੰਚ ਗਏ, 25 ਸਿੰਘਾਂ ਨੂੰ ਉੱਥੋਂ ਅਰੈਸਟ ਕੀਤਾ।
ਨਾਲ 25 ਉਹਨਾਂ ਦੀਆਂ ਨਸਾਂ ਸਪੁੱਖਾਂ ਜ਼ਬਤ ਕੀਤੀਆਂ ਔਰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਮਾਮ ਨੂੰ ਇਸ਼ਾਰਾ ਕਰਕੇ ਉੱਪਰ ਚੜਾਦਾ 200 ਸਿੱਖਾਂ ਦਾ ਕਤਲ ਉਸ ਇੱਕ ਕਲੋਨੀ ਵਿੱਚ ਕੀਤਾ ਔਰ ਇਹ ਕਾਂਗਰਸੀ ਦਿਲਦਿਆਂ ਨੇ ਉਹ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਉਠਾ ਕੇ ਪਾਰਕ ਵਿੱਚ ਬਿਠਾਦਾ ਔਰ ਉਹ ਕੁੰਡਿਆਂ ਨੂੰ ਭੇਜ ਦਿੱਤਾ ਜਿਹਨੂੰ ਦਿਲ ਕਰਦਾ ਜਾ ਕੇ ਚੱਕ ਲਿਆਓ ਔਰ ਰਾਤ ਨੂੰ ਟਾਰਚਾ ਲੈ ਲੈ ਕੇ ਇਹ ਦਿੰਦੇ ਹੁੰਦੇ ਸੀ ਔਰ ਜਿਹਨੂੰ ਜਿਹੜੀ ਕੁੜੀ ਚੰਗੀ ਲੱਗਦੀ ਸੀ ਚੱਕ ਕੇ ਲੈ ਜਾਂਦੇ ਸੀ ਇਹ ਨਾਨਾ ਵਜ਼ੀਰ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਦਰਜ ਆ ਇਹ ਮਹਿੰਦਰ ਸਿੰਘ ਜਿਹੜਾ ਅੱਜ ਉਹਨਾਂ ਦਿੰਦਿਆਂ ਦੇ ਅੱਗੇ ਲੈ ਕੇ ਜਾ ਕੇ ਆਪਣੇ ਦੇਸ਼ ਦਾ ਆਪਣੀ ਪ੍ਰਧਾਨਗੀ ਦੇ ਵਾਸਤੇ ਉਹਨਾਂ ਦੇ ਜਾ ਕੇ ਮਿੰਨਤਾਂ ਕਰਦਾ ਉਹਨਾਂ ਨੂੰ ਬੇਕਸੂਰ ਕਰਾਰ ਦਿੰਦਾ ਮੈਂ ਇਹ ਮਹਿੰਦਰ ਸਿੰਘ ਨੂੰ ਅੱਜ ਸਵਾਲ ਪੁੱਛਣਾ ਚਾਹਨਾ ਉਹ ਵਿਧਵਾ ਔਰਤ ਜੀ ਨੇ 30 ਸਾਲ ਹੋ ਗਏ ਜਗਦੀਸ਼ ਟਾਈਗਰ ਦੇ ਖਿਲਾਫ਼ ਕੇਸ ਲੜਦੇ ਹੋਏ ਉਹ ਲਖਵਿੰਦਰ ਕੌਰ ਜਿਹੜੀ ਸਕੂਲ ਚ ਕਪਾਸੀ ਦੀ ਨੌਕਰੀ ਕਰਦੀ ਆ ਉਹ ਲਖਵਿੰਦਰ ਕੌਰ ਜਿਹੜੀ ਇੱਕ ਉਮਰ ਦੇ ਘਰ ਵਿੱਚ ਰਹਿੰਦੀ ਆ ਇਹ ਅਮਰਿੰਦਰ ਸਿੰਘ ਕਹਿੰਦਾ ਇਹਦਾ ਸਿਆਸੀ ਕਾਰਨਾ ਕਰਕੇ ਟਾਈਗਰ ਨੂੰ ਝੂਠੇ ਫਸਾ ਲਈ ਆ ਉਹ ਜਾ ਕੇ ਅਮਰਿੰਦਰ ਸਿੰਘ ਹਾਲ ਪੁੱਛੋ ਦਾ ਉਹ ਵਿਚਾਰੀ ਫਿਰਮਾ ਦਾ ਹਾਲ ਪੁੱਛ ਕੇ ਉਹ ਕਿੰਨਾ ਦਿਨ ਕਿਹੜਾ ਹਾਲਤ ਦੇ ਵਿੱਚ ਰਹਿ ਰਹੀ ਆ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਹੋਵੇ ਇਹ ਅਥਾਪੀ ਲੀਡਰਾਂ ਨੂੰ ਕੱਢ ਕੇ ਬਾਹਰ ਛੱਡਣ ਦਾ ਟਾਈਮ ਆ ਗਿਆ ਮੌਕਾ ਆ ਗਿਆ ਹੁਣ ਉਹ ਇਹੀ ਉਹ ਜਗਦੀਸ਼ ਟਾਈਗਰ ਦੇ ਨਾਲ ਮੇਰੀ ਟੀਵੀ ਦੇ ਉੱਤੇ ਬਹਿਸ ਹੋਈ ਸੀ ਹੁਣ ਇਹ ਕਿਹਾ ਮੈਂ ਤੈਨੂੰ ਜਿਉਂਦਾ ਨਹੀਂ ਛੱਡੂਗਾ ਜਾਨੋਂ ਮਾਰ ਦੂੰਗਾ ਸ਼ਰੇ ਆਮ ਟੀਵੀ ਦੇ ਉੱਤੇ ਕਿਹਾ ਸੀ ਉਹ ਮੈਂ ਕਿਹਾ ਟਾਈਗਰ ਚੱਲ ਤੂੰ ਕੀ ਚੀਜ਼ ਆ ਸਾਨੂੰ ਮੌਤ ਦਾ ਕੀ ਕਰ ਅਸੀਂ ਤਾਂ ਸਿਰ ਤਰੀ ਤੇ ਨਹੀਂ ਫਿਰਦੇ ਆ ਤੂੰ ਕੀ ਮਾਰ ਗਿਆ ਸਾਨੂੰ ਨਾ ਡਰਾ ਅੱਜ ਆਪਾਂ ਇਹਨਾਂ ਨੂੰ ਜਿਹੜਾ ਦੱਸ ਦਈਏ ਦਿਖਾ ਦਈਏ ਇਹ ਅੱਜ ਤੁਹਾਡਾ ਠਾਠਾ ਮਾਰਦਾ ਕੱਠ ਅੱਜ ਤੁਸੀਂ ਇਹ ਕਾਂਗਰਸ ਵਾਲਿਆਂ ਨੂੰ ਤੇ ਅਮਰਿੰਦਰ ਨੂੰ ਦਿਖਾ ਦੇਗੇ ਓਏ ਕਾਂਗਰਸ ਵਾਲਿਓ ਸ਼ੇਰ ਤੁਹਾਡਾ ਨਹੀਂ ਹੈ ਬੱਬਰ ਸ਼ੇਰ ਤਾਂ ਸਾਡੇ ਕੋਲ ਆ ਉਹ ਜਦੋਂ ਸਾਡਾ ਬੱਬਰ ਸ਼ੇਰ ਤਿਹਾਰ ਦਾ ਨਾ ਓਏ ਆਪਣੇ ਆਪ ਨੂੰ 56 ਇੰਚ ਦਾ ਕਹਿਣ ਵਾਲਾ ਮੋਦੀ ਉਹਦਾ ਸਿੰਘਾਸਨ ਨੀ ਜਿਹੜੇ ਕੁਰਸੀ ਮੇਜ ਤੇ ਬੈਠਾ ਹੁੰਦਾ ਨਾ ਉਹ ਵੀ ਹੁੰਦੇ ਆ ਅੱਜ ਸਾਡੇ ਬੱਬਰ ਸ਼ੇਰ ਨੇ ਉਹਦਾ ਮੋਦੀ ਦਾ ਇੱਕ ਦਾ ਪਿਆਦਾ ਫੜ ਕੇ ਚੰਗੀ ਤਰ੍ਹਾਂ ਉਹਦਾ ਹਾਲ ਕੀਤਾ ਤੁਹਾਨੂੰ ਪਤਾ ਹੀ ਆ ਉਹ ਇਹ ਫਾਗਲ ਕੇ ਜਾ ਕੇ ਜਦੋਂ ਉਹਦੇ ਅੱਗੇ ਮੇਰਦੇ ਆ ਮੋਦੀ ਨੂੰ ਮਾਈ ਬਾਪ ਸਮਝਦੇ ਆ ਸਾਡਾ ਬੱਬਰ ਸ਼ੇਰ ਉਸ ਮੋਦੀ ਤੋਂ ਉਹਦੀ ਤਾਨਾਸ਼ਾਹੀ ਤੋਂ ਉਹਦੀ ਗੁੰਡਾਗਰਦੀ ਤੋਂ ਫੇਰ ਕੋਈ ਡਰਨ ਵਾਲਾ ਨੀ ਨਿਕਲ ਤੇ ਜਦੋਂ ਦਿਖਾਉਂਦਾ ਅੱਜ ਉਹ ਬੱਬਰ ਸ਼ੇਰ ਇੱਥੇ ਪੰਜਾਬ ਵਿੱਚ ਆਇਆ ਅੱਜ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਨੇਹਾ ਪਹੁੰਚਾ ਦਈਏ ਹੁਣ ਪੰਜਾਬ ਤਿਆਰ ਆ ਗਗਨ ਦਵਾਵਾ ਭਜਿਆ ਸਿੰਘਾਂ ਸਰਦਾਰੋ ਫੌਜ ਵੀ ਤਿਆਰ ਆ ਤੇ ਸਾਡੇ ਕੋਲੇ ਜਰਨੈਲ ਵੀ ਆ ਗਿਆ ਅੱਜ ਬਿਗਲ ਵਜਾ ਲਓ ਤੇ ਸ਼ੁਰੂ ਹੋ ਜਾਓ ਪੰਜਾਬ ਦਾ ਜ਼ੁਲਮ ਤਸ਼ੱਦਦ ਅਤਿਆਚਾਰ ਖਤਮ ਕਰਕੇ ਰਹਾਂਗੇ ਅੱਜ ਇੱਥੋਂ ਅਸੀਂ ਸੌ ਖਾ ਕੇ ਜਾਈਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸ੍ਰੀ ਅਕਾਲ